ਮੁਹੰਮਦ ਹਨਫੀਆ ਜ਼ਾਇ ਨਹੀਂ ਕੀਤੀ। ਮਿਲਣ ਵਾਸਤੇ ਜੋ ਆਏ 12 ਬੀਬੀਆਂ ਅਲੀ ਦੇ ਅਲੀ ਪੁੱਤਰ ਦੇ ਸਗਬਾਦ ਵਾਸਤੇ ਉੱਠੀਆਂ। ਸ਼ੱਕੇ ਮੇਰਾ ਚਾਰ ਦਫਾ ਇਹਨਾਂ ਬੀਬੀਆਂ ਦੇ ਉੱਠੇ। ਇਵੇਂ ਪੰਜਵੀਂ ਦਫਾ ਸਜਾਦ ਦਾ ਬਾਜ਼ੂ ਹਲਾ ਕੇ ਆਦੇ ਨੇ, ਸਜਾਦ ਇਹਨਾਂ ਵਿੱਚ ਮੇਰੀ ਭੈਣ ਆਲੀਆ ਕਿਹੜੀ ਕਿਆ ਇਸ ਤਰ੍ਹਾਂ ਦੀ ਜੁੜੀਆਂ ਅਲੀ ਦੀਆਂ ਧੀਆਂ ਵਤਨ ਦੇ ਵਲੀਆਂ ਨੇ ਮੇਰਾ ਨਹੀਂ ਸੁਝਾਉ ਸਕਦਾ। ਮਰਹਬਾ ਮਰਹਬਾ। ਬਸ ਅਸੀਂ ਵੇਣ ਸੁਣੋ, ਸਾਲ ਬਰਾਬਰ ਕੈਦ ਜੋ ਨਿਭਾਈਏ। ਅੱਧ ਰਾਤ ਦਾ ਵੇਲਾ ਹਾ, ਇੱਕ ਅਮੀਨਾ ਤਖ਼ ਤੇ ਬੈਠੇ, ਲਾਨਤ ਕਰੋ ਇਹਦੇ ਤੇ, ਬੇਸ਼ੁ ਇਹ ਸਿਪਾਹੀ ਕੁਸਦੇ ਅਧ ਸੱਚ ਦੱਸਾ ਇਹ ਸ਼ਾਮ ਦੇ ਹਾਲਾਤ ਕੈਸੇ ਕਹਿੰਦਾ ਸਿਪਾਹੀ ਅਧ ਸੱਚ ਬੋਲਾਂ ਜਾਂ ਜੂ ਉਠਾਈ ਕਰ ਛੁੜੇ ਬਾਬਾ ਜਿਹੜੇ ਛੋਟੀ ਔਲਾਦ ਵਾਲੇ ਬੈਠੇ। ਅਦੇ ਸੱਚ ਬੋਲ ਲੈਂਦਾ ਸੀ ਬਾਈ, ਅਦੇ ਜੇ ਸੱਚ ਸੁਣਦੇ ਤਾਂ ਜਲਦੀ ਕਰ ਮਦੀਨੇ ਵਾਲਿਆਂ ਦੀ ਕੈਦ ਰਿਹਾ ਕਰ ਦੇ। ਅਦੇ ਐਸੇ ਹਾਲਾਤ ਹੀ ਨਹੀਂ ਦੱਸੇ ਬਾਈ, ਅਦੇ ਜ਼ਾਲਿਮਾਂ ਕਿਹੜੇ ਸ਼ਾਮਾਂ ਆਲੀਆ ਦੇ ਖੁਤਬਾ ਸ਼ਾਮ ਮਿਲਾ ਦਿੱਤੀ ਹੈ। ਜਿਹੜੇ ਵੇਲੇ ਅਸਾਂ ਘਰ ਬਹਿੰਦੇ ਹਾਂ ਨਾ, ਸਾਰੇ ਛੋਟੇ ਛੋਟੇ ਬੱਚੇ ਸਾਰੀ ਅੱਬਾ ਛੱਤ ਰੱਖੇ ਨੇ, ਇਵੇਂ ਝਟਕਾ ਦੇ ਕੇ ਆ ਦਿਨ ਤੁਸਾਂ ਤਾਂ ਆਦੇ ਅਵੇ ਬਾਗੀ ਹੈ, ਇਹ ਤਾਂ ਨਮਾਜ਼ੀ ਹੈ। ਸੱਤ ਕਦਮਾਂ ਤੂੰ ਦੀ ਦੇਦੀ ਰਹੀ ਹੈ, ਸੱਤਰ ਤੂੰ ਬੇਨ ਦੇਦੀ ਰਹੀ ਹੈ। ਆਦੇ ਜੇ ਹਾਲਾਤ ਨੇ ਐਸੇ ਤਾਂ ਵਜੋ ਸਜਾਦ ਗੁੱਸਾ ਦਊ। ਤੇਰਾ ਸਿਪਾਹੀ ਜ਼ਿੰਦਾਨ ਦੇ ਦਰਵਾਜ਼ੇ ਤੇ ਹਨ, ਔਰ ਰੋਣ ਵਾਲਾ ਉਹ ਚਿੱਟੀ ਦਾੜੀ ਵਾਲਾ ਆ ਤੇ ਕੁਹਾ ਕੇ ਮੈਂ ਸ਼ਾਮ ਯਾਦ ਕੀਤੇ, ਇਹੋ ਇਸ਼ਾਰਾ ਹੈ, ਕੋਸ਼ਿਸ਼ ਕਰੇ ਆਈ ਕਰ ਛੁੜੇ। ਰੱਬ ਜਾਣੇ ਸਹੀ ਪਿਓ ਤੇ ਪੁੱਤਰ ਦੀ ਕਿਹੋ ਜਿਹੀ ਮਜਬੂਰੀ ਹੈ, ਜੋ ਸਜਾਦ ਉੱਠੀ ਵੇ ਨਾ ਬਾਕਰ ਨਾਲ ਉੱਠੀ ਨਾ, ਜੋ ਪੁੱਤਰ ਬਾਵੇ ਆ ਤਾਂ ਪਿਓ ਕੋ ਨਾਲ ਆਇਨ ਦਰਬਾਰ ਕਮੀਨਾ ਹੱਸ ਕੇ ਆਦੇ ਸਜਾਦ ਕਹਿੰਦਾ ਰੇ ਹਾਇ ਰਾਤ ਵਧੀਏ ਤੇ ਹੌਲੀ ਹੌਲੀ ਆਵਾਜ਼ ਆਉਂਦੀ ਜ਼ਾਲਿਮਾ ਕਿੱਲੇ ਵਜਾ ਆਦੇ ਵਤਨ ਤੇ ਵੱਲ ਵੰਜ। ਸਜਾਦ ਦੀ ਆਵਾਜ਼ ਆਉਂਦੀ ਕਿਹੜਾ ਵਤਨ ਕਹਿੰਦਾ ਵਤਨ ਆਦੇ ਵਤਨ ਮਦੀਨਾ। ਰਾਤ ਵਧੀਏ ਤੇ ਹੌਲੀ ਹੌਲੀ ਆਵਾਜ਼ ਆਉਂਦੀ ਮਦੀਨੇ ਕੋਈ ਮੇਰਾ ਰਹਿ ਗਈ ਜੋ ਮੈਂ ਵਜਾ ਆਦੇ ਸਜਾਦ ਕਹਿੰਦਾ ਰੇ ਹਾਇਨ ਲੇਕਿਨ ਮੇਰੇ ਕੋ ਬਾਬੇ ਦਾ ਖੂਨ ਮਾਫ ਕਰ, ਖੂਨ ਦਾ ਨਾਮ ਆਉਣਾ ਆਜ਼ਾਦਾਰੋਂ ਰਾਤ ਵੱਧ ਪਈਏ ਆਵਾਜ਼ ਆਉਂਦੀ ਜ਼ਾਲਿਮਾ ਹਯਾ ਕਰ, ਮੈਂ ਕੋਈ ਇਕੱਲਾ ਵਾਰਿਸ ਹਾਂ, ਪਹਿਲਾਂ ਉਹ ਵਾਰਿਸ ਜਿਹਦੀ ਤੋਹੀਦ ਬਚਾਈ ਜਿਹੜੇ ਬਜ਼ੁਰਗ ਬੈਠੇ ਹੋ, ਦੂਜਾ ਉਹ ਵਾਰਿਸ ਜਿਹਦੀ ਨਬੂਵਤ ਬਚਾਈ, ਤੀਜਾ ਉਹ ਵਾਰਿਸ ਜਿਹਦੀ ਵਿਲਾਇਤ ਬਚਾਈ, ਇਹ ਉਹ ਜ਼ਾਲਿਮਾ ਚੌਥੀ ਉਹ ਵਾਰਿਸ ਹੈ ਜਿਹੜੀ ਬਾਬੇ ਨਾਲ ਕਦਾ ਨਹੀਂ ਬੋਲੀ ਤੇ ਸ਼ਰਾਬੀ ਦੇ ਦਰਬਾਰ ਖੜੀ ਰਹੀ। ਇਮਾਮ ਦੀ ਆਵਾਜ਼ ਪਈ ਆਉਂਦੀ ਮੇਰੀਆਂ ਚੰਦ ਗੱਲਾਂ ਮੰਨ ਗਿਨ, ਮੈਂ ਸਜਾਦ ਵਤਨ ਤੇ ਵੱਲ ਬੈਸ। ਪਹਿਲੀ ਗੱਲ ਸਰ ਸ਼ੋਹਦਾ ਦੀ ਦੇ ਹਾਏ ਹਾਏ ਮੈਂ ਕੋ ਲੁੱਟ ਕਰ ਬਲਾ ਦੀ ਦੇ, ਲੁੱਟ ਦਾ ਨਾਮ ਹੈ ਜਿਹੜੇ ਵਹਿਣਾ ਦੇ ਮੇਰਾ ਬੈਠੇ ਹੋ ਤਖ਼ਤ ਤੇਰੇ ਲੱਥੇ, ਇਵੇਂ ਸਜਾਦ ਦੇ ਸਾਹਮਣੇ ਆ ਕੇ ਆਦੇ ਐ ਸਜਾਦ ਲੁੱਟ ਜੋ ਮੰਗਦੇ ਤਾਂ ਕੋ ਕਹੇ ਹਿਕਮਤ ਤੇ ਲੁੱਟੇ ਨੌ ਲੱਖ ਲੁੱਟਣ ਵਾਲਾ ਬਤੂਲ ਦੇ ਬਛੜੇ ਲੁੱਟੀ ਵਣ ਲੈ ਆਵੇ ਤਰੇ ਮਾਮਲ ਬਸ਼ੀਰ ਮਹਾਰੀ ਤੇ ਮੇਰੀ ਫੁੱਫੀ ਅੰਮਾ ਆਲੀਆ ਦਾ ਵੱਖਰਾ ਪੈਗਾਮ ਨੇ, ਕਿਹੜਾ ਇੱਕ ਵੱਖਰਾ ਮਕਾਨ ਨੇ ਜੁਮਲਾ ਮੇਰੇ ਨਾਲ ਲਖੇ ਸਹੀ ਤੁਹਾਡੇ ਨਾਲ ਜੁਮਲਾ ਮੇਰੇ ਨਾਲ ਲਖੇ ਇੱਕ ਵੱਖਰਾ ਮਕਾਨ ਦੇ ਸ਼ਾਮ ਦੀਆਂ ਵਸਦੀਆਂ ਬੇਜ ਕਿਉਂ ਮੇਰੀ ਮਾਂ ਰਜ ਕੇ ਮੇਰਾ ਦਾ ਮਾਤਮ ਕਰੇ ਇੱਕ ਵੱਖਰਾ ਮਕਾਨ ਮਿਲੋ ਤਰੇ ਸੋ ਸ਼ਾਮ ਦੀ ਔਰਤ ਆਈ ਖੁਦਾ ਗਵਾਏ ਕੋਈ ਇਤਨੀ ਕਮਜ਼ੋਰ ਥੀ ਗਈ ਅਕਬਰ ਦੀ ਪੜ੍ਹਨ ਵਾਲੀ ਮਾਂ ਤਰੇ ਦਫਾ ਮੇਰੀ ਸਹਿਣ ਕੋਸ਼ਿਸ਼ ਕੀਤੀ ਹੈ ਨਹੀਂ ਉੱਠੀ ਸਕੀ ਅੱਖਾਂ ਵਸ ਬੀਬੀ ਦੀ ਆਵਾਜ਼ ਪਈ ਆਉਂਦੀ ਅੰਮਾ ਫਿਜ਼ਾ ਸ਼ਾਮ ਦੀ ਵਸਦੀ ਔਰਤ ਨੂੰ
ਬੀਬੀ ਸਾਨੂੰ ਪਤਾ ਕੋਈ ਨਾ ਤੂੰ ਹੁਸੈਨ ਦੀ ਭੈਣ ਸਾਨੂੰ ਪਤਾ ਕੋਈ ਨਾ ਤੂੰ ਗਾਜ਼ੀ ਦੀ ਭੈਣ ਅਸਾਂ ਮਾਫੀ ਮੰਗਣ ਆਈਆਂ ਆਖਿਰ ਅਮੀਰ ਦੀ ਧੀ ਆਈ ਰੋ ਗਿਆ ਦੀ ਮਾਈਆਂ ਟੁਰ ਵੰਜੋ ਮੈਂ ਆਲੀਆ ਤੁਹਾਨੂੰ ਮਾਫ ਕੀਤਾ ਮਾਫੀ ਦੀ ਵਹਿ ਜਮਲਾ ਔਖ ਹੈ ਤਰੇ ਸੌ ਸ਼ਾਮ ਦੀ ਔਰ ਟੁਰੀਏ ਸਜਾਦ ਲੋਟਾ ਦੀ ਗੰਢੜੀ ਖਿਲਾਇਨ ਇੱਕ ਚਾਦਰ ਚੈਦ ਜਿਹਦੇ ਤੇ ਨੇਰੇ ਦਾ ਨਿਸ਼ਾਨ ਆਏ ਹੌਲੇ ਹੌਲੇ ਆਵਾਜ਼ ਆਉਂਦੀ ਫੁਫੀਆ ਦੀਆਂ ਬਸ਼ੀਰ ਦੀ ਆਵਾਜ਼ ਪਿਆਦੀ ਮੌਲਾ ਵੋ ਮੈਂ ਗਰੀਬਾ ਬਸ਼ੀਰ ਦੀ ਆਵਾਜ਼ ਆਉਂਦੀ ਹੈ ਮੌਲਾ ਰਹਾ ਜੋ ਪਵੇ ਲਿਖੇ ਇੱਕ ਸਿੱਧਾ ਕਰ ਬਲਾ ਵੈਨੇ ਮੀਆਂ ਸਿੱਧਾ ਮਦੀਨੇ ਵੈਨੇ ਦੱਸਾ ਕਿਹੜਾ ਰਹਾ ਬਣੇ ਆਜ਼ਾਦਾ ਰੋ ਜਾ ਪਾਗਰ ਦੇ ਬਾਬੇ ਜਵਾਬ ਨਾ ਦਿੱਤਾ ਚੌਧਰੀ ਜੈ ਮਾਮਾ ਵਿੱਚ ਹੌਸਲਾ ਦੀ ਮਾਂ ਦੀ ਹੱਕ ਲਾਈਏ ਬੀਬੀ ਦੀ ਆਵਾਜ਼ ਪਿਆਦੀ ਹੈ ਬਸ਼ੀਰ ਜਿਵੇਂ ਸਦੀਆਂ ਜਾਵਾਂ ਤੇ ਮਾਵਾਂ ਪੁੱਤਰਾਂ ਨੂੰ ਗੱਲ ਲੈਂਦੀਆਂ ਰੋ ਰੋ ਕੇ ਪਿਆ ਦੀ ਹੈ ਬਹਿਰਾ ਮੈਂ ਦੇ ਜ਼ੇਵਰ ਲੈ ਗਏ ਮੈਂ ਚੋਲਾ ਅਲਾ ਲਾਨਤੁਲਾਹੀ